ਚੀਜ਼ੀ ਪਾ ਦੇ ਸਾਰਾ ਸੀਮੈਂਟ ਲੱਥੇ ਦਾ ਇਸ ਥੱਲੇ ਆਇਆ ਸਾਰਾ ਕੰਮ ਹੋ ਗਿਆ ਧੋਖਾ ਇੱਕ ਬਿਜਲੀ ਦੀ ਤਾਰ ਟੁੱਟ ਗਈ ਹੈ ਸਾਹਮਣੇ ਹੀ ਉਹ ਟੁੱਟੀ ਪਈ ਤਾਰ ਇੱਥੇ ਦੋ ਤਿੰਨ ਕਾਂ ਬਹਿ ਗਏ ਮਾਰ ਡੰਡਾ ਜਿਹਾ ਟੁੱਟ ਗਿਆ ਪਟਾਕਾ ਬੜਾ ਤਕੜਾ ਪਿਆ ਹੈਂ ਅਤੇ ਗਰਮੀ 'ਚ ਬੈਠੇ ਹੁਣ ਦੇਖੋ ਕਦੋਂ ਕੰਪਲੇਂਟ ਪਾ ਦਿੱਤੀ ਹੈ ਬਿਜਲੀ ਦਫ਼ਤਰ ਵਾਲਿਆਂ ਨੂੰ ਅਤੇ ਪਟਿਆਲੇ ਬਾਈ ਨਾ ਅਤੇ ਦੇਖੋ ਹੁਣ ਕੀ ਹੁੰਦਾ ਜੇ ਕਿੱਲੇ ਤੱਕ ਆਉਂਦੇ ਫਿਰ ਉਹ ਵੀ ਦੱਸਾਂਗੇ ਅਤੇ ਬਾਕੀ ਹੁਣ ਗਰਮੀ ਦਾ ਲੈਂਦੇ ਨਜ਼ਾ ਮਜ਼ਾ ਅਤੇ ਜੇ ਤਾਂ ਅੱਜ ਦੇ ਦਿਨ 'ਚ ਨਿਬੜ ਜਾਂਦਾ ਕੰਮ ਠੀਕ ਹੈ ਨਹੀਂ ਤਾਂ ਕੱਲ੍ਹ ਤਾਂ ਹੋ ਜਾਣਾ ਹੋਰ ਜ਼ਿਆਦਾ ਔਖਾ ਕਿਉਂਕਿ ਸਾਰਾ ਕੰਮ ਤਾਂ ਬਿਜਲੀ 'ਤੇ ਹੈ ਫਰਿੱਜਾਂ ਚੱਲਣਗੀਆਂ ਤਾਂ ਕੰਮ ਚੱਲਣਾ ਨਾਲੇ ਕਿਆ ਕੰਪਲੇਂਟ ਕਰ ਦਿਆ ਫੋਨ ਪੇ ਕੰਪਲੇਂਟ ਕਰ ਦਿਆ ਆਉਣੇ ਵਾਲਾ ਬਸ ਤੂੰ ਮੀਟ ਫਰਾਈ ਕਰਕੇ ਰੱਖ ਉਹਨਾਂ ਲਈ ਜਿਤਨਾ ਵੀ ਬੋਲੇਂਗੇ ਕਿਲੋ ਪਟਿਆਲੇ ਫੋਨ ਕਰਨ ਦਾ ਇਹ ਫਾਇਦਾ ਕਿ ਕੰਪਲੇਂਟ ਪਾਈ ਸੀ ਬੰਦੇ ਆ ਵੀ ਗਏ ਕੰਮ ਚਾਲੂ ਹੈ ਕੰਮ ਉਹਨਾਂ ਨੇ ਚਾਲੂ ਕਰਕੇ ਤਾਂ ਕਰਨ ਦੇ ਠੀਕ ਹੈ ਕਹਿੰਦੇ ਤਾਰ ਸਾਰੀ ਗੱਲ ਗੁਲ ਗਈ ਦੀ ਹੈ ਅਤੇ ਨਵੀਂ ਪਾਵਾਂਗੇ ਮੇਰੇ ਕੋਲ ਜਾਣੀ ਆ ਦੁਕਾਨ ਛੱਡ ਕੇ ਜਾਣਾ ਹੁਣ ਲੱਗੇ ਜੇ ਇੱਥੇ ਆਉਣੀ ਇੱਥੇ ਕਰ ਦੇਖ ਦਿਖਾਵਾਂਗੇ ਇੱਥੋਂ ਵੀ ਮੇਰੇ ਸਾਹਮਣੇ ਇੱਥੋਂ ਪੈਣੀ ਆ ਖੰਭੇ ਤੋਂ ਕਨੈਕਸ਼ਨ ਇੱਥੋਂ ਲੱਗਿਆ ਸੈਂਟਰ ਵਾਲੀ ਟੁੱਟ ਗਈ ਹੈ ਖਿੱਚੀਆਂ ਖਿੱਚੀਆਂ ਹੈਗੀਆਂ ਤਾਰਾਂ ਕਿਆ ਸੀ ਨਾ ਕੰਮ ਚੱਲਣ ਦਿਆ ਉਹ ਚੱਲ ਗਏ ਉੱਥੇ ਤਾਰਾਂ ਕਨੈਕਸ਼ਨ ਕਰਨਗੇ ਜੇ ਸੀ ਬੀ ਚੜ੍ਹ ਗਿਆ ਡੁਪਲੀਕੇਟ ਬੋਲ ਰਿਹਾ ਤਾਂ ਬੀਸ ਘਾਤਾ ਹੋ ਇਹ ਕੀ ਆਏਗਾ ਬਾਈ ਓਰੀਜਨਲ ਲੈਣਾ ਤਾਂ ਮਾਝਾ ਵੀ ਹੈ ਕੌਣ ਮੰਗ ਰਿਹਾ ਕੌਣ ਮਾਲਿਕ ਉੱਧਰ ਬੈਠਾ ਹੋਇਆ ਤਾਂ ਪਹਿਲੇ ਨਾਮ ਦੇ ਕੇ ਬੇਜਾ ਕਰੋ ਨਾ ਇਹ ਚਾਹੀਏ ਬੀਸ ਘਰ ਮਾਰ ਸਿਰ 'ਤੇ ਜਾ ਕੇ ਉਹਦੇ ਜਿਹੜਾ ਬੈਠਾ ਜੋੜ ਪਾਉਣਾ ਤਾਰਾਂ ਗਲੀਆਂ ਪਈਆਂ ਦੇਖੋ ਕਿਤੇ ਜੋੜ ਜੋੜ ਪਾਈ ਚੱਲਦੇ ਆ ਅਤੇ ਅੱਗੇ ਪਾਉਣਗੇ ਨਵੀਆਂ ਤਾਰਾਂ ਠੀਕ ਹੈ ਮੈਂ ਕੰਪਲੇਂਟ ਪਾਈ ਨੂੰ ਘੰਟਾ ਹੀ ਹੋਇਆ ਨਾ ਅਤੇ ਕੰਮ ਚਾਲੂ ਹੋ ਗਏ ਦਾ ਥੋੜ੍ਹੀ ਦੇਰ 'ਚ ਬੱਤੀ ਆਜੂਗੀ ਡਰ ਗਏ ਤਾਂ ਮੈਂ ਕਿਹਾ ਜੀ ਬੱਤੀ ਇੱਕ ਦਾ ਦਿਨ ਜਿੱਦਾਂ ਤਾਰਾਂ ਟੁੱਟੀਆਂ ਇੱਕ ਦਿਨ ਤਾਂ ਦਿਨ ਨਹੀਂ ਆਈ ਨਾ ਬੱਤੀ ਅਤੇ ਮਾਲ ਤਾਂ ਖਰਾਬ ਕੀ ਹੋਣਾ ਪਰ ਜੇ ਠੰਡਾ ਹੀ ਨਹੀਂ ਹੋਊਗਾ ਫਿਰ ਕਸਟਮਰ ਨੇ ਲੈਣਾ ਕਿੱਦਾਂ ਉਹ ਕਰਕੇ ਅਗਲਾ ਜੇ ਸੀ ਬੀ ਪਹਿਲੇ ਜੇ ਸੀ ਬੀ ਆ ਜੇ ਸੀ ਬੀ ਦੇ ਉੱਤੇ ਫਿਰ ਪੌੜੀ ਲਾਈ ਆ ਖੰਭਾ ਵੱਡਾ ਨਾ ਰੋਡ ਪੈਂਦਾ ਅਤੇ ਹਾਈਟ ਹੁੰਦੀ ਖੰਭੇ ਦੀ ਸਾਰੇ ਦੀ ਬਾਕੀ ਦਿਨ ਤਾਂ ਸਰ ਗਿਆ ਸਾਰੇ ਜਗ੍ਹਾ ਪਰ ਇੱਥੇ ਜੇ ਸੀ ਬੀ ਜਿੰਨੀ ਹਾਈਟ ਹੋ ਗਏ ਉਹਦੇ ਬਾਅਦ ਖੰਭਾ ਲੱਗਣਾ ਫਿਰ ਸੀੜੀ ਲਾਉਣੀ ਪਈ ਉਹ ਉੱਥੇ ਜਾ ਕੇ ਕੰਮ ਕਰਨਾ ਬੰਦੇ ਨੇ ਬੱਤੀ ਦਾ ਕੋਈ ਜਗਾੜ ਨਹੀਂ ਆਇਆ ਬੱਤੀ ਹਨੇਰਾ ਹੋ ਗਿਆ ਉਹ ਚੱਲ ਗਏ ਹੁਣ ਵਿਚਾਰੇ ਚੱਲ ਇੱਦਾਂ ਗਏ ਕਿ ਤਾਰ ਪਾਈ ਉਹਨਾਂ ਨੇ ਉਹ ਫਿਰ ਟੁੱਟ ਗਈ ਮਾਰ ਜਦੋਂ ਜੋੜ ਜੋੜ ਪਾਇਆ ਨਾ ਮੌਕੇ 'ਤੇ ਉਹ ਫਿਰ ਟੁੱਟ ਗਿਆ ਇੱਕ ਦੋ ਵਾਰੀ ਫਿਰ ਮਿਹਨਤ ਕੀਤੀ ਉਹ ਚੱਲ ਗਏ ਨੇ ਸਵੇਰੇ ਹੀ ਹੋਣਾ ਇਹ ਕੰਮ ਕਿਉਂਕਿ ਕੰਮ ਵਿੱਚੋਂ ਹੀ ਤਾਰ ਟੁੱਟੀ ਦੀ ਹੈ ਜਿੰਨੀ ਵੀ ਕਿਤੇ ਰੇਡੀ ਉਹਨਾਂ ਮਿਹਨਤ ਕੀਤੀ ਜੇ ਸੀ ਬੀ ਲਾ ਲੂਗੇ ਸਭ ਕੁਝ ਕੀਤਾ ਪਰ ਗੱਲ ਬਣੀ ਨਹੀਂ ਉਹਦੇ ਕੋਲ ਹੁਣ ਜਿਹੜੀ ਚੀਜ਼ ਨੂੰ ਟਾਈਮ ਨਾਲ ਲੱਗਣਾ ਮੈਂ ਅੱਜ ਬੱਤੀ ਦਾ ਹਾਲ ਮਾੜਾ ਚੱਲ ਸਵੇਰੇ ਆ ਜੂਗੀ ਕੋਈ ਗੱਲ ਨਹੀਂ ਨਾਲੇ ਇੱਕ ਹੋਰ ਗੱਲ ਕਰਨੀ ਡਿਸਪੋਜ਼ਲ ਹੋ ਗਏ ਤਾਂ ਬੰਦ ਹੁਣ ਕੋਈ ਗਾਹਕ ਮੰਗਦਾ ਇਹਨਾਂ ਨੇ ਇਹ ਦੇਈਦੇ ਆ ਇੱਥੇ ਥੋੜ੍ਹਾ ਵੱਡਾ ਵੀ ਹੈ ਇਹ ਵੀ ਹੈ ਅੱਗੋਂ ਕਹਿੰਦੇ ਕਿ ਇਹ 'ਚ ਪਾਣੀ ਟਿਕ ਜੂਗਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਇਹ 'ਚ ਚਾਹ ਪੀਂਦੇ ਆ ਚਾਹ ਟਿਕ ਜਾਂਦੀ ਪਾਣੀ ਕਿਉਂ ਨਹੀਂ ਟਿਕੂਗਾ ਮੈਨੂੰ ਇਹ ਦੱਸ ਪਹਿਲੇ ਕਿੱਦਾਂ ਕਿੱਦਾਂ ਇਹ ਗੱਲਾਂ ਕਰਦੇ ਯਾਰ ਪੀ ਜਾਣਾ ਤੂੰ ਦਾਰੂ ਪੀਣੀ ਆ ਪੀਲਾ 'ਚ ਪਾ ਕੇ ਚਾਹ ਲੋਕ ਪੀ ਸਕਦੇ ਤੇਰਾ ਪਾਣੀ ਨਹੀਂ ਟਿਕੂਗਾ 'ਚ ਦੱਸ ਇੱਦਾਂ ਭੋਲੇ ਬਣ ਜਾਣਗੇ ਜਿਹੜਾ ਪਤਾ ਹੀ ਕੁੱਖ ਨਹੀਂ ਹੁੰਦਾ ਦੁਨੀਆਂ 'ਤੇ ਪਹਿਲੀ ਵਾਰ ਆਇਆ ਕਿ ਅੱਜ ਪੈਦਾ ਹੀ ਹੋਇਆ ਚਾਹ ਕਦੀ ਪੀਤੀ ਨਹੀਂ ਹੋਣੀ ਕਦੀ ਇਹ ਕੱਪਾਂ ਜਾਣਾ ਵਿਆਹਾਂ ਤੁਸੀਂ ਛੱਡਦੇ ਨਹੀਂ ਹੋ ਦੋ ਦੋ ਕੱਪ ਤਿੰਨ ਕੌਫੀ ਇਹ 'ਚ ਹੀ ਪੀਂਦੇ ਹੋ ਅਤੇ ਪਾਣੀ ਟਿਕ ਜੂਗਾ ਇਹ 'ਚ ਹਾਂਜੀ ਕੀ ਹਾਲ ਚਾਲ ਆ ਸਾਰਿਆਂ ਨੂੰ ਪਿਆਰ ਭਰੀ ਨਮਸਤੇ ਹੋ ਠੀਕ ਠਾਕ ਹੋ ਸਾਰੇ ਕੱਲ੍ਹ ਦੀ ਬੱਤੀ ਗਈ ਸੀ ਉੱਥੇ ਹੁਣ ਦੇਖਦੇ ਹਾਂ ਜਾ ਕੇ ਆਈ ਕਿ ਨਹੀਂ ਆਈ ਜੇ ਤਾਂ ਹੁਣ ਠੀਕ ਕਰਤੀ ਹੋਗੀ ਸਵੇਰੇ ਆ ਗਏ ਉਹਨਾਂ ਨੇ ਅਤੇ ਸਵੇਰੇ 9 ਵਜੇ ਆਉਣਗੇ ਇੰਨੀ ਛੇਤੀ ਕਿੱਥੇ ਆ ਕੇ ਕਰਨੀ ਠੀਕ ਹਨ ਦੇਖਦੇ ਹੁਣ ਜਾ ਕੇ ਕੀ ਬਣਦਾ ਕੱਲ੍ਹ ਤਾਂ ਚੰਗਾ ਗਰਮੀ 'ਚ ਬਹੁਤ ਮਾੜਾ ਹਾਲ ਹੋਇਆ
मेन गल बत्ती नहीं होगी तो फ्रिजा चलन गए तो ता ही समान ठंडा होना। तो हूँ घरों निकलते हैं, 8:30 हो गए, सनैरा लगी है चाह पीन, तो चाह पी के मैं भी चाह पीन लगा, तो चाह पी के निकल गया। चाह चाह की नहीं सनैरा ने नाल ही होंगी साढ़े इधर आया है टीने टीनी है नशे की अज अज बड़े पंगे किए शहरा ने सीमेंट भी शहरा ने लाया है ना नस्ते नहीं की फिर शहरा के नस्ते करते हैं वो देख क्या बिच्छू खा लो क्या बिच्छू खा लो कहना क्या बिच्छू खा लो कली कली खाने ना एक कान दिता आप ही खा गई अच्छे बिस्कुट है ना सारे आप ही खा गई चल बाय कर दे फिर चली चल देना छेती मैं पी झोड़ा दे के निकल बाय बाय हो गई है सवेरे उठ गई सारा सीमेंट लथे का जितने लाया ठीक है कहाँ आ जी जी पा देन ये भी काम सैट रहे हैं बिजली वाला ये जे सी बी फिर आई दी है लगे हो काम करन हाल बनैन च बैठे बत्ती आऊगी तो फिर गल बनने सारिया तारा कट्ठिया मुठिया हो गई नहीं टुटी गलियां पईं तारा नवी पा के फिर गल बनी पुरानी का काम क्यों बनना तो देखो की करते हैं जगाड़ सारा काम हो गया काम हो गया बिजली चालू करनी है तो बिजली चालू करनी है तो उपर तारा बनने डंडे पड़िया तो बाहर कपड़े तो बाहर आप गर्मी बड़ी है बत्ती आऊगी तो फिर ही है देर तक आए नहीं बत्ती डंडे बन के हो ना क्लीयर टाइम तो लग ही जाता बहुत उलझे जहा काम ही तार टुट गलियां पईं ही तारा टुट जी छेती बड़ा मेहनत की बेचारे ने कल नेरा हो गया नेरे वाला काम है नहीं इदा करते भी नेरे वाला काम है नहीं 11:30 हो गए 12 का उम्मीद रखो 12 बजे बत्ती आ जानी है जो लिया नहीं फिर दिखा के ब्लॉक एंड करके अगला ब्लॉक की तैयारी मैं जे सी बी चल रही है बाद चल बत्ती आ गई है पहले वीडियो बना लें फिर करते हैं 2 मिनट बाद फ्रिज चलाने देख लिए की हिसाब करती है ना 12 बज गए इस लगना नहीं टाइम 12 बज गए कल दी गई है 4-5 बजे की मैं 3-4 बजे की गई है पता नहीं कि 4 बजे गई ही टाइम लगता सारिया जिधरों इधरों पाते उधरों टुट जाती है इधरों पाए गलियां पईं तारा नवी लैंड बनी चाहिए इन्होंने नाले ब्लॉक नूं करदे एंड ब्लॉक हो गया हुण काफ़ी लंबा करता 7-8 मिनट बनाता बत्ती आऊगी मैं चल एंड करांगे चैनल नूं लाइक करो कमेंट करो शेयर करो सबसक्राइब करो नवे हो तो चैनल नूं सबसक्राइब करो वीडियो नाल जुड़ रहे हो बाय हुण पक्खे दी हवा लै लईए हाल है कमीज कोई बने कमीज भी गिल्ली हो गई की करना फिर कहिंदी जड़दी मैं तां खोल ही दो मिलदे आवाज़ तां